मेन स्टेज तो जी भंगड़े की परफॉर्मेंस तो बाद सा टीम मौजूद आ। हाँ जी, की नाम है? मेरा नाम गोरा लौंगोवाली। गोरा जी, किस कॉलेज तो आए? मैं असी देश भगत कॉलेज बरवाल धूरी जी। और किन्ने समय तो तुसी तैयारी कर रही सी और केड़ी पोजीशन लई आउणा सी? जो साडी थर्ड पोजीशन लगी है जी, ते असी घट्टो घट्ट डेढ़ महीने तो तैयारी ते लगे होए जी। गुरु जी, देखा जाए तो तुसी पंजाबी पहरावे दे विच बड़े वधिया जच रहे हो, और अज दी नौजवान पीढ़ी की गल करिए तो जीना शीना जां होर भड़काऊ कपड़े पाउंदे आ, की कहना चाहुंदे उहनां दा? मतलब क्योंकि साडा इक मान लो पंजाबी दा पंजाब दा लोक नाच भंगड़ा मशहूर है, ते वैसे चलो इन्हां नाल भी इह जुड़े रहिंदे आ, क्योंकि अजकल जिवें तुसी गल करदे हो जीना शीना दी, है ना, बच्चे हुण पहलां अपने बजुर्ग सी दादे पड़दादे जो चादरे बन्नदे हुंदे सी, ਉਹ ਉੱਦਾਂ ਤਾਂ ਨਹੀਂ ਹੁਣ ਅਸੀਂ ਵੈਸੇ ਬੰਨਦੇ, ਹੈ ਨਾ, ਹੁਣ ਅਸੀਂ ਉਹ ਭੰਗੜੇ ਦੇ ਰੂਪ ਵਿੱਚ ਹੀ ਇਹਨਾਂ ਨੂੰ ਬੰਨਣਾ ਸਿਖਾਉਂਦੇ ਹਾਂ ਜਾਂ ਦੱਸਦੇ ਹਾਂ, ਹੈ ਨਾ। ਚਲੋ ਸਾਡਾ ਸ਼ੌਂਕ ਵੀ ਪੂਰਾ ਜਾਂਦਾ, ਅਤੇ ਉਹ ਥੋੜ੍ਹਾ ਜਿਹਾ ਮੈਂ ਹਰੇਕ ਸਾਡੇ ਨੌਜਵਾਨਾਂ ਨੂੰ ਬੇਨਤੀ ਹੈ ਵੀ ਇਹ ਸਾਡੇ ਪੰਜਾਬੀ ਵਿਰਸੇ ਨਾਲ ਭੰਗੜੇ ਨਾਲ ਜੋ ਕੋਈ ਵੀ ਡਾਂਸ ਹੈ ਉਹਦੇ ਨਾਲ, ਚਾਹੇ ਸਾਡੀਆਂ ਕੁੜੀਆਂ ਨੇ, ਉਹਨਾਂ ਨੂੰ ਜੁੜ ਕੇ ਰਹਿਣਾ ਚਾਹੀਦਾ ਜੀ। ਸੋ ਇਹ ਸਨ ਗੋਰਾ ਲੌਂਗੋਵਾਲੀ, ਆਪਣੀ ਟੀਮ ਦੇ ਨਾਲ ਇਹਨਾਂ ਨੇ ਜਿਹੜੀ ਥਰਡ ਪੋਜੀਸ਼ਨ ਹਾਸਲ ਕੀਤੀ ਆ। ਹੋਰ ਵੀ ਸਟੂਡੈਂਟ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂ। TVD ਕਾਲਜ ਦੇ ਵਿੱਚ ਮੌਜੂਦ ਹਾਂ, ਉੱਥੋਂ ਦੇ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ। ਹਾਂਜੀ, ਕੀ ਨਾਮ? ਮੇਰਾ ਨਾਮ ਗੁਰਚਰਨ ਸਿੰਘ ਹੈ ਜੀ, MA ਸੈਕਿੰਡ ਈਅਰ ਪੰਜਾਬੀ ਦਾ ਵਿਦਿਆਰਥੀ ਹੈ ਜੀ। ਗੁਰਚਰਨ, ਤੁਸੀਂ ਨਹੀਂ ਪਾਰਟੀਸਪੇਟ ਕੀਤਾ? ਸਾਡੇ ਨਾ ਜੀ, ਅਸੀਂ ਨਾ ਮਿਹਨਤ ਕਰ ਰਹੇ ਹਾਂ ਜੀ, ਜਵਾਕਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਲੱਗ ਜਾਓ ਜੀ, ਅਸੀਂ ਸੀਨੀਅਰ ਕਰਕੇ ਜੂਨੀਅਰਾਂ ਨੂੰ ਕਹਿ ਰਹੇ ਹਾਂ ਵੀ ਤਰਜੀਹ ਦੇ ਰਹੇ ਹਾਂ ਜੀ ਵੀ ਤੁਸੀਂ ਅੱਗੇ ਵੱਧ ਕੇ ਜ਼ਿਆਦਾ ਪਰਫੋਰਮੈਂਸ ਕਰੋ ਜੀ। ਜੀ, ਔਰ ਬਾਹਰੋਂ ਜਿਹੜੇ ਕਾਲਜ ਦੇ ਸਟੂਡੈਂਟ ਆਏ ਨੇ, ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ? ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, TVD ਕਾਲਜ ਵਿੱਚ ਆਉਣ ਦੇ, ਇੱਥੋਂ ਦਾ ਹਾਲ ਦੇਖੋ ਜੀ, ਮਾਹੌਲ ਦੇਖੋ, ਅਤੇ ਵੱਧ ਤੋਂ ਵੱਧ ਐਡਮਿਸ਼ਨਾਂ ਕਰਵਾਉਣ ਦਾ ਵੀ ਕਹਿੰਦੇ ਹਾਂ ਵੀ ਤੁਸੀਂ ਵੱਧ ਤੋਂ ਸਰਕਾਰੀ ਕਾਲਜਾਂ 'ਚ ਐਡਮਿਸ਼ਨਾਂ ਕਰਾਓ ਜੀ, ਪ੍ਰਾਈਵੇਟ ਵਿੱਚ ਲੁੱਟ ਸੁੱਟ ਹੋ ਰਹੀ ਆ, ਸਰਕਾਰੀ ਕਾਲਜਾਂ 'ਚ ਐਡਮਿਸ਼ਨ ਲਓ ਜੀ, ਦੇਖੋ ਕਿੰਨਾ ਵਧੀਆ ਮਾਹੌਲ ਬਣਾਇਆ ਜੀ ਇੱਥੇ ਇੰਟਰ ਕਾਲਜ 'ਚ, ਦੇਖ ਪਰਫੋਰਮੈਂਸ ਕਰਨਾ ਸਾਰਿਆਂ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਾਲਜ 'ਚ ਆਉਣ ਦੇ, ਧੰਨਵਾਦ ਕਰਦੇ। ਚਰਨ, ਤੁਸੀਂ ਮਾਹੌਲ ਦੀ ਗੱਲ ਕੀਤੀ ਆ, ਅਕਸਰ ਅਸੀਂ ਦੇਖਦੇ ਹਾਂ ਜੇ ਪਿਛਲੇ 10-12 ਸਾਲਾਂ ਦੀ ਗੱਲ ਕਰੀਏ ਤਾਂ ਬੜੀ ਜਿਹੜੀ ਗੁੰਡਾਗਰਦੀ ਵੀ ਹੁੰਦੀ ਕਾਲਜ, ਤੁਹਾਡੇ ਕਾਲਜ ਦਾ ਮਾਹੌਲ ਕਿੱਦਾਂ? ਨਹੀਂ, ਸਾਡੇ ਕਾਲਜ ਜੀ 2017 ਤੋਂ ਲੈ ਕੇ ਅੱਜ ਤੱਕ ਕਿਸੇ ਦੀ ਕੋਈ ਪ੍ਰਧਾਨਗੀ ਨਹੀਂ ਜੀ ਕਾਲਜ 'ਚ, ਬਹੁਤ ਵਧੀਆ ਮਾਹੌਲ ਆ ਜੀ, ਸਾਰੇ ਬੱਚੇ ਰਲ ਮਿਲ ਕੇ ਰਹਿੰਦੇ ਆ, ਅੱਜ ਤੱਕ ਕਾਲਜ ਵਿੱਚ ਕੋਈ ਵੀ ਲੜਾਈ ਝਗੜੇ ਦਾ ਕੋਈ ਕੇਸ ਨਹੀਂ ਪਿਆ ਕਿਸੇ ਦੇ ਵੀ। ਇਹ ਸਾਡੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ, ਸਾਡੇ MLA ਸਾਹਿਬ ਬਲਕਾਰ ਸਿੰਘ ਸਿੱਧੂ ਦਾ, ਜਿਨ੍ਹਾਂ ਨੇ ਅੱਜ ਤੱਕ ਕੋਈ ਵੀ ਇੰਟਰਫੇਅਰ ਕਾਲਜ 'ਚ ਨਹੀਂ ਕੀਤਾ, ਵੀ ਇਥੋਂ ਦਾ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ, ਬਹੁਤ ਵਧੀਆ ਪੜ੍ਹਾਈ ਚੱਲ ਰਹੀ ਹੈ ਕੋਈ ਜੀ। ਸੋ ਆਮ ਆਦਮੀ ਪਾਰਟੀ ਦੇ MLA ਬਲਕਾਰ ਸਿੱਧੂ ਵੀ ਇੱਥੇ ਕੱਲ ਪਹੁੰਚਣਗੇ, ਅੱਜ ਕਨਵਰ ਗਰੇਵਾਲ ਸਨ ਪਹੁੰਚੇ ਸਨ। ਸੋ ਇਹਨਾਂ ਦਾ ਕਹਿਣਾ ਹੈ ਕਿ 2017 ਤੋਂ ਲੈ ਕੇ ਹੁਣ ਤੱਕ ਇਸ ਤਰ੍ਹਾਂ ਦੀ ਕੋਈ ਘਟਨਾ ਵੀ ਨਹੀਂ ਵਾਪਰੀਗੀ। ਸੋ ਵੱਡੀ ਗੱਲ ਇਹ ਆ ਕਿ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੇ ਇਹਨਾਂ ਨੇ ਗੱਲ ਕੀਤੀ ਹੈ ਕਿ ਪ੍ਰਾਈਵੇਟ ਕਾਲਜਾਂ ਨੂੰ ਛੱਡ ਕੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜੀ ਐਡਮਿਸ਼ਨ ਲੈਣ ਵਿਦਿਆਰਥੀ, ਤਾਂ ਕਿ ਉਹ ਇੱਥੋਂ ਦਾ ਮਾਹੌਲ ਦੇਖ ਸਕਣ, ਪਹਿਲਾਂ ਵਰਗਾ ਨਹੀਂ ਰਿਹਾ। SD ਕਾਲਜ ਬਰਨਾਲਾ ਦੇ ਜਿਹੜੇ ਵਿਦਿਆਰਥੀ ਸਾਡੇ ਨਾਲ ਮੌਜੂਦ ਨੇ, ਜਿਹੜਾ ਪਲੇਅ ਲੈ ਕੇ ਆਏ ਨੇ ਸਕਿੱਟ ਦੇ ਰੂਪ ਦੇ ਵਿੱਚ, ਕਰਦੇ ਉਹਨਾਂ ਦੇ ਨਾਲ ਗੱਲਬਾਤ। ਹਾਂਜੀ, ਕੀ ਨਾਮ? ਬਲਕਰਨ ਸਿੰਘ ਜੀ। ਬਲਕਰਨ, ਲੋਟ ਹੋ ਤੁਸੀਂ? ਮੈਂ ਬਲਕਰਨ ਪੂਰਾ ਲੋਟ ਹੈ ਜੀ। ਅੱਛਾ, ਮੇਰਾ ਖਿਆਲ ਹੈ ਕਿ ਜਿਸ ਤਰ੍ਹਾਂ ਤੁਸੀਂ ਪਰਫੋਰਮੈਂਸ ਦੇਖਦੇ ਹੋ, ਹਰ ਰੋਲ ਬਖੂਬੀ ਢੰਗ ਨਾਲ ਨਿਭਾਉਂਦੇ ਨੇ, ਮੇਰਾ ਖਿਆਲ ਬਹੁਤਿਆਂ ਨੂੰ ਪਹਿਚਾਣ ਵੀ ਨਹੀਂ ਹੋਣੀ ਕਿ ਕੌਣ ਨੇ। ਬਲਕਰਨ ਸਿੰਘ ਨੇ ਬਹੁਤ ਵਧੀਆ ਰੋਲ ਕਰਦੇ ਨੇ, ਅੱਜ ਜਿਹੜਾ ਰੋਲ ਕਰਨ ਜਾ ਰਹੇ ਨੇ ਉਹਦੇ ਨਾਲ ਗੱਲਬਾਤ ਕਰਦੇ ਆ। ਕਿਸ ਤਰ੍ਹਾਂ ਦਾ ਰੋਲ ਹੋਵੇਗਾ ਤੁਹਾਡਾ? ਇਹਦੇ 'ਚ ਜੀ ਮੇਰਾ ਸਲੰਬਰ ਹੁੰਦਾ, ਮੇਰਾ ਨਾਮ ਪ੍ਰੀਤੋ ਹੁੰਦਾ ਇਹਦੇ 'ਚ, ਅਤੇ ਮਤਲਬ ਕਿ ਇੱਕ ਚੈਨਲ ਦੇ ਥਰੂ ਜਿਹੜਾ ਸਲੰਬਰ ਮੇਰਾ ਹੋ ਰਿਹਾ ਹੁੰਦਾ, ਅਤੇ ਉਹ ਸਾਰੀ ਇਹਦੇ ਆਲੇ ਦੁਆਲੇ ਘੁੰਮਦਾ ਸਾਰਾ। ਜਿਸ ਤਰ੍ਹਾਂ ਤੁਹਾਡੇ ਲਾੜਾ ਸਾਹਿਬ ਬੜੇ ਬੈਠੇ ਨੇ, ਇਹਨਾਂ ਦੇ ਮਤਲਬ ਵਿਆਹ ਇਹਨਾਂ ਨਾਲ ਹੋਣਾ ਕਿ ਨਹੀਂ ਜੀ? ਦੇਖੋ ਸਵੰਬਰ, ਸਵੰਬਰ ਦਾ ਮਤਲਬ ਵੀ ਇਹੀ ਹੁੰਦਾ ਗਾ ਜਿਵੇਂ ਪੁਰਾਣੇ ਸਮਿਆਂ 'ਚ ਹੁੰਦਾ ਸੀਗਾ ਕਿ ਜਦੋਂ ਕੋਈ ਰਾਜਕੁਮਾਰੀ ਹੁੰਦੀ ਸੀਗੀ ਉਹਦੇ ਲਈ ਆਸੇ ਪਾਸੇ ਰਾਜ ਦੇ ਜਿਹੜੇ ਰਾਜਕੁਮਾਰ ਹੁੰਦੇ ਸੀ ਉਹ ਬੁਲਾਏ ਜਾਂਦੇ ਸੀ। ਉਸੇ ਤਰ੍ਹਾਂ ਮਤਲਬ ਕਿ ਇਹਦੇ 'ਚ ਇਹੀ ਦਿਖਾਇਆ, ਇਹਦੇ 'ਚ ਸਾਡੇ ਸਕ੍ਰਿਪਟ 'ਚ ਇਹੀ ਹੈ ਕਿ ਮਤਲਬ ਕਿ ਇੱਕ ਚੈਨਲ ਜਿਹੜੀ ਪ੍ਰੀਤੋ ਨਾਂ ਦਾ ਇੱਕ ਕਰੈਕਟਰ ਆ ਉਹ ਕਿਸੇ ਚੈਨਲ 'ਚ ਜਾਂਦੀ ਹੈ ਅਤੇ ਉਹ ਚੈਨਲ ਦੇ ਥਰੂ ਉਹਦਾ ਸਵੰਬਰ ਹੁੰਦਾ ਗਾ ਅਤੇ ਵੱਖ ਵੱਖ ਜਿਹੜੇ ਕਿਰਦਾਰ ਆ ਉਹਨੂੰ ਵਿਆਹ ਕਰਨ ਦੇ ਲਈ ਉਹ ਆਉਂਦੇ ਆ ਅਤੇ ਇਹੀ ਕੁਝ ਚੱਲਦਾ ਜੀ। ਅਤੇ ਮੈਂ SD ਕਾਲਜ ਦਾ ਵਿਦਿਆਰਥੀ ਹਾਂ। ਇੱਕ ਕਿਸ ਤਰ੍ਹਾਂ ਦਾ ਰੋਲ ਹੋਵੇਗਾ ਤੁਹਾਡਾ, ਜਿਸ ਤਰ੍ਹਾਂ ਸਵੰਬਰ ਦੀ ਗੱਲ ਕਰੀਏ, ਜਿਸ ਤਰ੍ਹਾਂ ਸਿਹਰਾ ਵੀ ਲਗਾਇਆ ਹੋਇਆ ਲੱਗਦਾ ਗੱਲ ਬੜੋ? ਮਤਲਬ ਇਹ MLA ਦਾ ਕਰੈਕਟਰ ਹੈ ਜੀ ਮੇਰਾ, ਜਿਹੜਾ ਆਪਦੇ ਜਿਹੜਾ ਪੂਰੀ ਤਿਆਰੀ ਨਾਲ ਜਾਂਦਾ ਵੀ ਲੈ ਵੀ ਮੈਂ ਪ੍ਰੀਤ ਨੂੰ ਸੈੱਟ ਕਰਕੇ ਲਿਆਊਂ, ਪਰ ਕੁਛ ਮਤਲਬ ਸਿਚੁਏਸ਼ਨਾਂ ਇਹੋ ਜਿਹੀਆਂ ਬਣ ਜਾਂਦੀਆਂ ਵੀ ਜਿਹੜਾ ਮਤਲਬ ਬੰਦਾ ਸੋਚ ਕੇ ਜਾਂਦਾ ਉਹ ਨਹੀਂ ਹੁੰਦਾ, ਪਰ ਉਹ ਫਿਰ ਵੀ ਨਹੀਂ ਹੌਸਲਾ ਛੱਡਦਾ, ਉੱਥੋਂ ਕੁਛ ਨਾ ਕੁਛ ਚੱਕ ਕੇ ਫਿਰ ਵੀ ਲਿਆਉਂਦਾ ਸੈੱਟ ਕਰਕੇ ਲਿਆਉਂਦਾ ਜੀ। ਉਹ ਬਜ਼ੁਰਗਾਂ ਦੀ ਸਮਾਇਲ ਆ ਨਾ ਜਿਹੜੀ ਉਹ ਖਤਮ ਹੋ ਜਾਂਦੀ ਹੈ ਇਸ ਉਮਰ ਦੇ ਵਿੱਚ ਆ ਕੇ, ਤੁਸੀਂ ਕਿਸ ਤਰ੍ਹਾਂ ਹੱਸਦੇ? ਇਹ ਬਜ਼ੁਰਗਾਂ ਦੀ ਸਮਾਇਲ ਜਿਹੜਾ ਮੈਂ ਕਰੈਕਟਰ ਨੂੰ ਦਿੱਤੀ ਆ ਉਹ ਕੁਛ ਇਸ ਤਰ੍ਹਾਂ ਹੀ ਇਹ ਚੀਜ਼ ਹੈ। ਤੁਸੀਂ ਜਿਸ ਤਰ੍ਹਾਂ ਮੱਥੇ ਦੇ ਉੱਪਰ ਸਨੀ ਦਿਓਲ ਨੇ ਇੱਕ ਫਿਲਮ ਦੇ ਵਿੱਚ ਜਿਹੜਾ ਅਗਰ ਮਾਲ ਬੰਨਿਆ ਸੀ, ਮੈਨੂੰ ਲੱਗਦਾ ਇਹ ਰੱਸਾ ਲਪੇਟੀ ਬੈਠੇ ਆ, ਰੋਲ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ। ਹਾਂਜੀ, ਕੀ ਨਾਮ? ਸਾਹਿਲ ਗੱਲ ਹੈ ਜੀ। ਸਾਹਿਲ, ਕਿਸ ਤਰ੍ਹਾਂ ਦਾ ਰੋਲ ਹੋਵੇਗਾ ਤੁਹਾਡਾ? ਰੋਲ ਜੀ ਬਸ ਵੀ ਬੰਦੇ ਨੂੰ ਸਨੀ ਦਿਓਲ ਦੀ ਕਸਰ ਹੁੰਦੀ ਆ, ਕਸਰ ਇਸ ਲੈਵਲ ਤੱਕ ਵੱਗ ਵੀ, ਰੱਸਾ ਵੀ ਮੱਥੇ ਦੇ ਬੰਨਿਆ ਗਿਆ, ਡਰੈਸ ਵੀ ਉਹਦੇ ਵਾਲੀ ਆ ਗਈ ਵੀ ਹੁਣ ਤਾਂ ਚੀੜ ਡਾਲੇਂਗੇ ਫਾੜ ਡਾਲੇਂਗੇ, ਬਸ ਪ੍ਰੀਤੋ ਤਾਂ ਮੇਰੀ ਆ।
जी मेरा नाम मैं लड़की का रोल कर रही हूँ वो प्रीतू की मैं सैक्रेटरी हाँ जिद मैं वह मेकअप करना गा तो उन्होंने थोड़ा थोड़ा उस इंप्रैस भी करना गा तो दिखाना भी है माइक ਲਈ ਫਿਰਦੇ ਹੋ ਮੈਨੂੰ ਲੱਗਦਾ ਤੁਸੀਂ ਵੀ ਜਿਹੜਾ ਹੈਗਾ ਐਂਕਰ ਦਾ ਰੋਲ ਕਰ ਰਹੇ ਹੋ ਹਾਂ ਮੇਰਾ ਐਂਕਰ ਦਾ ਰੋਲ ਹੈ ਤੇ ਮੈਂ ਇੱਕ ਸ਼ੋਅ ਹੋਸਟ ਕਰ ਰਿਹਾ ਰਿਐਲਿਟੀ ਸ਼ੋਅ ਆ ਤੇ ਜੀ ਡਾਇਲੋਗ ਮੇਰਾ ਡਾਇਲੋਗ ਕੋਈ ਵੀ ਓ ਮਾਈ ਗੋਡ ਚੀਜ਼ ਆਈ ਲਵ ਚੀਜ਼ ਅੰਮ 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 ਤੁਸੀਂ ਦੇਖ ਸਕਦੇ ਹੋ ਐਸਡੀ ਕਾਲਜ ਬਰਨਾਲਾ ਦੇ ਵਿਦਿਆਰਥੀ ਨੇ ਇਹ ਜਿਹੜਾ ਪਲੇ ਸਕਿੱਟ ਦੇ ਰੂਪ ਵਿੱਚ ਤਿਆਰ ਕਰਨਗੇ ਸੋ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਪਰਫਾਰਮੈਂਸ ਹੈ ਸੋ ਬੜੇ ਰਹੋ ਜੇਵੀਐਸ ਟਾਈਮ ਦੇ ਨਾਲ।